ਪਿਆਰ ਭਈ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸਪਤ ਸਿੰਘ ਮੈਂ ਪ੍ਰਸਤੀਪ ਸਿੰਘ ਜੀ ਤੁਹਾਡਾ ਸਾਰਿਆਂ ਦਾ ਪ੍ਰਿੰਸ ਪੰਜਾਬੀ ਟਰੈਵਲਰ ਜਾਂਦੇ ਸਵਾਗਤ ਕਰਦੇ ਹਾਂ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਸਾਡੇ ਸ਼ਹਿਰ ਦਰਾਹੇ ਦੀ ਤੁਹਾਨੂੰ ਸਾਰੀ ਸੈਰ ਕਰਾਵਾਂਗੇ ਬਣੇ ਜੇ ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ ਜੀ ਪਿਛਲੀ ਵੀਡੀਓ ਦੇ ਵਿੱਚ ਆਪਾਂ ਸਾਡੇ ਇਤਿਹਾਸਕ ਪਿੰਡ ਦਰਾਹੇ ਦੀ ਸੈਰ ਕੀਤੀ ਸੀ ਜੀ ਦਰਾਹੇ ਦੀਆਂ ਜਿਹੜੀਆਂ ਇਤਿਹਾਸਕ ਜਗ੍ਹਾ ਸੀ ਸਾਡੇ ਪਿੰਡ ਦੇ ਵਿੱਚ ਅਸੀਂ ਉਹ ਤੁਹਾਨੂੰ ਘੁਮਾਈਆਂ ਸੀਗੀਆਂ ਅਸੀਂ ਅਤੇ ਇਸ ਵੀਡੀਓ ਦੇ ਵਿੱਚ ਜੀ ਅਸੀਂ ਦਰਾਹੇ ਸ਼ਹਿਰ ਦੀ ਤੁਹਾਨੂੰ ਸੈਰ ਕਰਾਉਣੀ ਆ ਪਹਿਲਾਂ ਇਹ ਸਾਡਾ ਪਿੰਡ ਵੱਖਰਾ ਹੁੰਦਾ ਸੀ ਅਤੇ ਸ਼ਹਿਰ ਵੱਖਰਾ ਸੀ ਜੀ ਹੁਣ ਇਹ ਨਗਰ ਕੌਂਸਲ ਦੇ ਵਿੱਚ ਆ ਗਿਆ ਸਾਰਾ ਇਕੱਠਾ ਹੋ ਗਿਆ ਪਿਛਲੀ ਵੀਡੀਓ ਲੰਬੀ ਹੋ ਜਾਣੀ ਸੀ ਇਸ ਲਈ ਅਸੀਂ ਸ਼ਹਿਰ ਦੀ ਵੀਡੀਓ ਪਾਈ ਨਹੀਂ ਜੀ ਅਤੇ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦਰਾਹੇ ਸ਼ਹਿਰ ਦੀ ਸੈਰ ਕਰਾਉਣੀ ਆ ਪੂਰੀ ਵੀਡੀਓ ਲਾਸਟ ਤੱਕ ਸਾਡੀ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗਦੀ ਆ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾ ਦਿਓ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਮਿਲ ਜੇ ਜਦੋਂ ਵੀ ਅਸੀਂ ਨਵੀਂ ਵੀਡੀਓ ਅਪਲੋਡ ਕਰੀਏ ਆਜੋ ਆਪਾਂ ਚੱਲਦੇ ਹਾਂ ਹੁਣ ਦਰਾਹੇ ਸ਼ਹਿਰ ਦੀ ਸੈਰ ਕਰਦੇ ਹਾਂ ਆਓ ਜੀ ਹੁਣ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਹੈਵਨਲੀ ਪੈਲਸ ਜੋ ਕਿ ਰਾਮਪੁਰ ਰੋਡ BTC ਕੈਂਪ ਦੇ ਬੈਕ ਸਾਈਡ ਬਣਿਆ ਹੋਇਆ ਹੈ ਇਸ ਨੂੰ ਸੀਨੀਅਰ ਸਿਟੀਜ਼ਨ ਹੋਮ ਵੀ ਕਿਹਾ ਜਾਂਦਾ ਹੈ ਇਹ ਬਹੁਤ ਹੀ ਵੱਡੇ ਖੇਤਰ ਵਿੱਚ ਅਤੇ ਬਹੁਤ ਹੀ ਖੂਬਸੂਰਤ ਬਣਿਆ ਹੋਇਆ ਹੈ ਇਸ ਵਿੱਚ ਐਂਟਰ ਹੋਣ ਦੇ ਨਾਲ ਹੀ ਫੋਰਨ ਦੀ ਵਾਈਬ ਆਉਂਦੀ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੇ ਗਏ ਲਿੰਕ ਉੱਤੇ ਵਿਜ਼ਿਟ ਕਰ ਸਕਦੇ ਹੋ ਸਾਡੇ ਚੈਨਲ ਸਬਸਕ੍ਰਾਈਬ ਕਰ ਦਿਓ ਅਤੇ ਬੈਲ ਆਈਕਨ ਜ਼ਰੂਰ ਦਬਾ ਦਿਓ ਹੈਵਨਲੀ ਪੈਲਸ ਵਿੱਚ ਔਰਫਨੇਜ ਹੋਮ ਮਤਲਬ ਅਨਾਥ ਆਸ਼ਰਮ ਵੀ ਬਣਿਆ ਹੋਇਆ ਹੈ ਜਿੱਥੇ ਔਰਫਨ ਬੱਚਿਆਂ ਦੀ ਕੇਅਰ ਕੀਤੀ ਜਾਂਦੀ ਹੈ ਇੱਥੇ ਬੇਬੀ ਕ੍ਰੈਡਲ ਭਾਵ ਪੰਘੂੜਾ ਵੀ ਮੌਜੂਦ ਹੈ ਜੀ ਹੈਵਨਲੀ ਪੈਲਸ ਵਿੱਚ ਸੀਨੀਅਰ ਸਿਟੀਜ਼ਨਸ ਲਈ ਬਹੁਤ ਹੀ ਲਗਜ਼ਰੀਅਸ ਫੈਸਿਲਿਟੀਜ਼ ਦਿੱਤੀਆਂ ਜਾਂਦੀਆਂ ਨੇ ਬੈਸਟ ਆਫ ਫਰਨੀਚਰਸ ਉਹਨਾਂ ਦੀ ਲਿਵਿੰਗ ਏਰੀਆ ਬਹੁਤ ਅੱਛਾ ਹੈ ਅਤੇ ਹਰ ਸਮੇਂ ਉਹਨਾਂ ਨੂੰ ਸਰਵਿਸ ਪ੍ਰੋਵਾਈਡ ਕੀਤੀ ਜਾਂਦੀ ਹੈ ਹੈਵਨਲੀ ਪੈਲਸ ਦੇ ਨਾਲ ਹੀ ਬਣਿਆ ਹੋਇਆ ਹੈ ਰਾਧਾ ਸਵਾਮੀ ਸਤਸੰਗ ਬਿਆਸਕਰ ਜੀ ਇਸ ਖੁੱਲ੍ਹੇ ਅਤੇ ਸ਼ਾਂਤ ਸਤਸੰਗ ਘਰ ਵਿੱਚ ਹਰ ਐਤਵਾਰ ਨੂੰ ਬਹੁਤ ਗਿਣਤੀ ਵਿੱਚ ਸੰਗਤਾਂ ਇੱਥੇ ਹੁੰਦੇ ਧਾਰਮਿਕ ਸਮਾਗਮ ਵਿੱਚ ਹਾਜ਼ਰੀ ਭਰਦੀਆਂ ਹਨ ਜੀ ਆਓ ਜੀ ਹੁਣ ਆਪਾਂ ਦਰਾਹੇ ਸ਼ਹਿਰ ਵੱਲ ਚੱਲਦੇ ਹਾਂ ਅਤੇ ਦਰਾਹੇ ਸ਼ਹਿਰ ਦੇ ਫੇਮਸ ਪਲੇਸਿਸ ਨੂੰ ਵਿਜ਼ਿਟ ਕਰਦੇ ਹਾਂ ਜੀ ਬਣੇ ਰਹੋ ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ ਜੀ ਇਹ ਆ ਜੀ ਮੇਰੇ ਸ਼ਹਿਰ ਦਰਾਹੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੀ ਜੋ ਕਿ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਐਮੀਨਸ ਦੇ ਲਈ ਵੀ ਚੁਣਿਆ ਗਿਆ ਆ ਇਸ ਸਕੂਲ ਦੇ ਵਿੱਚ ਜੀ ਪਲੱਸ ਟੂ ਤੱਕ ਮੈਂ ਵੀ ਪੜ੍ਹਿਆ ਆ ਇੱਥੇ ਪੜ੍ਹਾਈ ਕੀਤੀ ਆ ਅਸੀਂ ਜਦੋਂ ਵੀ ਇਸ ਸਕੂਲ ਦੇ ਕੋਲੋਂ ਲੰਘਦੇ ਹਾਂ ਨਾ ਤਾਂ ਇੱਕ ਵਾਰ ਖਿੱਚ ਜੀ ਪੈਂਦੀ ਆ ਧੂ ਜੀ ਪੈਂਦੀ ਆ ਬਹੁਤ ਜ਼ਿਆਦਾ ਉਹ ਦਿਨ ਚੇਤੇ ਆਉਂਦੇ ਨੇ ਜਦੋਂ ਅਸੀਂ ਉਰੇ ਪੜ੍ਹਦੇ ਹੁੰਦੇ ਸੀਗੇ ਉਹ ਸਾਹਮਣੇ ਵੋਕੇਸ਼ਨਲ ਕਮਰਾ ਹੁੰਦਾ ਸੀਗਾ ਇਸ ਜਗ੍ਹਾ ਪੜ੍ਹੇ ਹਾਂ ਅਸੀਂ ਇਹ ਸਕੂਲ ਆ ਜੀ ਸਾਡੇ ਸ਼ਹਿਰ ਦਰਾਹੇ ਦਾ ਜੀ ਜਿਨ੍ਹਾਂ ਨੇ ਇਸ ਸਕੂਲ ਦੇ ਵਿੱਚ ਸਮਾਂ ਬਿਤਾਇਆ ਹੋਣਾ ਪੜ੍ਹੇ ਹੋਣੇ ਨੇ ਇੱਥੋਂ ਵਿੱਦਿਆ ਹਾਸਲ ਕੀਤੀ ਹੋਣੀ ਆ ਉਹਨਾਂ ਨੂੰ ਇੱਕ ਵਾਰੇ ਵੀਡੀਓ ਦੇਖ ਕੇ ਜ਼ਰੂਰ ਉਹ ਪੁਰਾਣੇ ਦਿਨ ਚੇਤੇ ਆਉਣਗੇ ਜਿਹੜੇ ਉਹਨਾਂ ਨੇ ਇਸ ਸਕੂਲ ਦੇ ਵਿੱਚ ਗੁਜ਼ਾਰੇ ਸੀ ਜੀ ਉਹ ਆ ਪ੍ਰਿੰਸੀਪਲ ਦਾ ਆਫਿਸ ਜੀ ਮੇਨ ਦਫ਼ਤਰ ਅਤੇ ਇਹ ਆ ਸਾਡਾ ਸਕੂਲ ਜੀ ਇਹ ਬਿਲਡਿੰਗ ਉੱਦਾਂ ਹੀ ਸਾਂਭ ਕੇ ਰੱਖੀ ਹੋਈ ਅੱਜ ਵੀ ਉਵੇਂ ਹੀ ਖੜ੍ਹੀ ਆ ਪੁਰਾਣੇ ਸਮੇਂ ਤੋਂ ਬਹੁਤ ਸੋਹਣਾ ਸਾਡਾ ਸਕੂਲ ਬਣਿਆ ਹੋਇਆ ਜੀ ਇਹ ਇਹ ਹਾਲ ਕਮਰਾ ਹੁੰਦਾ ਸੀ ਬਿਲਕੁਲ ਸਾਹਮਣੇ ਜਿਹੜੇ ਉਰੇ ਪੜ੍ਹੇ ਨੇ ਉਹਨਾਂ ਨੂੰ ਸਭ ਨੂੰ ਪਤਾ ਆ ਅਤੇ ਉਹ ਹੁੰਦਾ ਸੀ ਸਾਇੰਸ ਵਾਲਾ ਕਮਰਾ ਅਤੇ ਇਹ ਰਿਸੈਪਸ਼ਨ ਨਵੀਂ ਬਣ ਚੁੱਕੀ ਆ ਜੀ ਉਹ ਗਰਾਊਂਡ ਆ ਵੱਡਾ ਉੱਥੇ ਪ੍ਰੇਅਰ ਹੁੰਦੀ ਸੀਗੀ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਕੁਛ ਬਿਲਡਿੰਗ ਨਵੀਂ ਬਣ ਚੁੱਕੀ ਆ ਪਹਿਲਾਂ ਇਹ ਕਮਰੇ ਹੁੰਦੇ ਨਹੀਂ ਸੀਗੇ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਬਿਲਡਿੰਗ ਹੁੰਦੀ ਸੀ ਪਹਿਲਾਂ ਸਿਰਫ ਅਤੇ ਜਿਹੜੀ ਆਹ ਬਿਲਡਿੰਗ ਆ
ਇਹ ਸਾਰੀ ਨਵੀਂ ਬਣੀ ਆ ਹੁਣ ਕਿਉਂਕਿ ਸਕੂਲ ਐਮੀਨੈਂਸ ਦੇ ਵਿੱਚ ਆ ਗਿਆ ਇਹ ਇਸ ਲਈ ਨਵੇਂ ਕਮਰੇ ਬਣੇ ਨੇ ਬੱਚੇ ਵੱਧ ਗਏ ਨੇ ਬੱਚਿਆਂ ਦੀ ਗਿਣਤੀ ਵੱਧ ਗਈ ਆ ਇਹ ਆ ਜੀ ਸਕੂਲ ਇਹ ਆ ਜੀ ਸਾਡੇ ਸ਼ਹਿਰ ਦਰਾਹੇ ਦੇ ਵਿੱਚ ਬਣੀ ਹੋਈ ਦਾਣਾ ਮੰਡੀ ਜਿਸ ਜਗ੍ਹਾ ਕਿਸਾਨ ਆਪਣੀ ਫਸਲ ਲਿਆ ਕੇ ਰੱਖਦੇ ਨੇ ਵੇਚਦੇ ਨੇ ਜੀ ਇਹ ਆ ਦਾਣਾ ਮੰਡੀ ਜੀ ਸਾਡੇ ਸ਼ਹਿਰ ਦਰਾਹੇ ਦੀ ਜੀ ਝੋਨੇ ਦਾ ਸੀਜ਼ਨ ਚੱਲ ਰਿਹਾ ਅਤੇ ਝੋਨਾ ਆਇਆ ਹੋਇਆ ਮੰਡੀਆਂ ਦੇ ਵਿੱਚ ਜੀ ਦਾਣਾ ਮੰਡੀ ਵਿੱਚ ਲੱਗਿਆ ਹੋਇਆ ਹੈ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਸਟੈਚੂ ਜੀ ਤੁਸੀਂ ਦੇਖ ਸਕਦੇ ਹੋ ਸਰਦਾਰ ਭਗਤ ਸਿੰਘ ਜੀ ਨੇ ਦੇਸ਼ ਦੀ ਆਜ਼ਾਦੀ ਵਿੱਚ ਬਹੁਤ ਹੀ ਅਹਿਮ ਰੋਲ ਅਦਾ ਕੀਤਾ ਸੀ ਇਹ ਵੀ ਆਈ ਸਾਡੇ ਦਰਾਹੇ ਸ਼ਹਿਰ ਦੀ ਸ਼ਾਨ ਗੁਰੂ ਨਾਨਕ ਨੈਸ਼ਨਲ ਕਾਲਜ ਆ ਜੀ ਇਹ ਕਈ ਬੱਚਿਆਂ ਦੀ ਜ਼ਿੰਦਗੀ ਬਣਾਈ ਆ ਇਸ ਕਾਲਜ ਨੇ ਜੀ ਇੱਕ ਸੰਸਥਾ ਚਲਾਉਂਦੀ ਆ ਜੀ ਇਹਨਾਂ ਦਾ ਸਕੂਲ ਵੀ ਆ ਜੀ ਅਤੇ ਬਹੁਤ ਸੋਹਣਾ ਕਾਲਜ ਬਣਿਆ ਹੋਇਆ ਜੀ ਇਹ ਵੀ ਸਾਡੇ ਦਰਾਹੇ ਸ਼ਹਿਰ ਦੀ ਸ਼ਾਨ ਆ ਜੀ ਦਰਾਹਾ ਸ਼ਹਿਰ ਵਿੱਚ ਇੰਡੀਅਨ ਪੋਸਟ ਆਫਿਸ ਤੁਸੀਂ ਦੇਖ ਸਕਦੇ ਹੋ ਪੁਰਾਣੇ ਸਮੇਂ ਦੇ ਵਿੱਚ ਨਾ ਬਹੁਤ ਚੱਲਣ ਚੱਲਦਾ ਸੀ ਚਿੱਠੀਆਂ ਪਾਉਣ ਦਾ ਅੱਜ ਕੱਲ੍ਹ ਦਾ ਗਰੇਜ ਘੱਟ ਗਿਆ ਈਮੇਲਾਂ ਜਿਹੀਆਂ ਹੋਰੇ ਕੋਲ ਚੱਲ ਪਿਆ ਇਹ ਅਤੇ ਪਹਿਲਿਆਂ ਸਮੇਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਲੋਕਾਂ ਨੂੰ ਲੋੜ ਪੈਂਦੀ ਸੀਗੀ ਪੋਸਟ ਆਫਿਸ ਦੀ ਪਰ ਅੱਜ ਵੀ ਬਹੁਤ ਜ਼ਿਆਦਾ ਤਰੱਕੀ ਕਰ ਰਿਹਾ ਸਾਡਾ ਭਾਰਤੀ ਡਾਕਘਰ ਇੰਡੀਆ ਪੋਸਟ ਆਫਿਸ ਜੀ ਸਾਡੇ ਸ਼ਹਿਰ ਦਰਾਹੇ ਦੀ ਸ਼ਾਨ ਹੈ ਵੀ ਜੀ ਪੋਸਟ ਆਫਿਸ ਜੀ ਹੁਣ ਆਪਾਂ ਦੇਖਾਂਗੇ ਜੀ ਦਰਾਹੇ ਦਾ ਰੇਲਵੇ ਸਟੇਸ਼ਨ ਜੋ ਕਿ ਇਸਦੀ ਸ਼ਾਨ ਹੈ ਜੀ ਆਓ ਚਲੀਏ ਜੀ ਤੁਸੀਂ ਸਾਹਮਣੇ ਦੇਖ ਸਕਦੇ ਹੋ ਟਿਕਟ ਕਾਊਂਟਰ ਇੱਥੋਂ ਆਪਾਂ ਟ੍ਰੇਨ ਦੀ ਟਿਕਟ ਲੈ ਕੇ ਟ੍ਰੇਨ ਦੇ ਵਿੱਚ ਸਵਾਰ ਹੋ ਸਕਦੇ ਹਾਂ ਅਤੇ ਆਪਣੀ ਜਰਨੀ ਨੂੰ ਇੰਜੋਏ ਕਰ ਸਕਦੇ ਹਾਂ ਦਰਾਹੇ ਦਾ ਇਹ ਰੇਲਵੇ ਸਟੇਸ਼ਨ ਬਹੁਤ ਹੀ ਵੱਡਾ ਅਤੇ ਸੁੰਦਰ ਬਣਿਆ ਹੋਇਆ ਹੈ ਜੀ ਆਪਾਂ ਸਭ ਨੇ ਵਿਜ਼ਿਟ ਕਰ ਲਿਆ ਹੈ ਦਰਾਹੇ ਦਾ ਰੇਲਵੇ ਸਟੇਸ਼ਨ ਜੀ ਤੁਹਾਨੂੰ ਵੀਡੀਓ ਕਿਵੇਂ ਲੱਗ ਰਹੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਬਣੇ ਰਹੋ ਸਾਡੇ ਨਾਲ ਸਾਰੀ ਵੀਡੀਓ ਦੇ ਵਿੱਚ ਜੀ ਆਓ ਚਲੀਏ ਅਗਲੇ ਪਲੇਸ ਵੱਲ ਨੂੰ ਜੀ ਬਣੇ ਰਹੋ ਸਾਡੇ ਨਾਲ ਜੀ ਅਸੀਂ ਤਾਂ ਸਾਡੇ ਦਰਾਹੇ ਸ਼ਹਿਰ ਵਿੱਚ ਬਹੁਤ ਜ਼ਿਆਦਾ ਮੰਦਿਰ ਬਣੇ ਹੋਏ ਨੇ ਜੀ ਪਰ ਤੁਹਾਨੂੰ ਅਸੀਂ ਇੱਕ ਮੰਦਿਰ ਦਰਸ਼ਨ ਕਰਵਾਉਂਦੇ ਹਾਂ ਜੀ ਜਿਸ ਨੂੰ 1953 ਵਿੱਚ ਬਣਾਇਆ ਗਿਆ ਸੀ ਜੀ ਅੱਜ ਆਪਾਂ ਚੱਲਦੇ ਹਾਂ ਜੀ ਇਸ ਮੰਦਿਰ ਦੇ ਵਿੱਚ ਨੂੰ ਜੀ ਦਰਸ਼ਨ ਕਰਦੇ ਹਾਂ ਇਸ ਮੰਦਿਰ ਦੇ ਜੀ ਇਹ ਹੈ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਬਣਿਆ ਹੋਇਆ ਜੋੜਾ ਘਰ ਇੱਥੇ ਆਪਾਂ ਆਪਣਾ ਜੋੜਾ ਉਤਾਰ ਸਕਦੇ ਹਾਂ ਜੀ ਜੋੜਾ ਉਤਾਰ ਕੇ ਫਿਰ ਆਪਾਂ ਉੱਪਰ ਨਾ ਦਰਸ਼ਨਾਂ ਨੂੰ ਜਾ ਸਕਦੇ ਹਾਂ ਜੀ ਇਸ ਗੁਰਦੁਆਰਾ ਸਾਹਿਬ ਵੱਲੋਂ ਨਾ
संगत के सहयोग नाल जी चैरिटेबल लैबोरेटरी भी चलाई जा रही है जी। तुसी देख सकते हो जिथे ना बहुत ही घट रेटा ते टेस्ट वगैरह किए जाते ने, जानी सस्ता इलाज मुहैया ये गुरद्वारा प्रबंधक कमेटी संगत के सहयोग नाल करवाउंदी आ जी। वैसे जिवें असीं तुहानूं कहा ना दराहे शहर दे विच मंदर बहुत ने, तो उस हिसाब नाल गुरद्वारा साहब भी साढ़े कई स्थान बने हुए ने, पर तुहानूं असीं इस गुरद्वारा साहिब कलगीधर साहिब जी के दर्शन कराने अंदर तो जी। पिछले ब्लॉग दे विच आपां पिछली वीडियो दे विच आपां दर्शन कीते सीगे गुरद्वारा दमदमा साहिब पातशाह छेवीं जी का इतिहासक स्थान से, आपां उहदे दर्शन कीते सी। हुण आपां दर्शन करदे हां जी इस स्थान दे जी, आओ चलदे हां आपां उपर नूं जी, दर्शन करदे हां धन धन साहिब श्री गुरु ग्रंथ साहिब जी महाराज जी दे जी, आओ चलिए जी। ਆਪਾਂ ਸਭ ਨੇ ਮਿਲ ਕੇ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਦੇ ਦਰਸ਼ਨ ਕਰ ਲਏ ਹਨ ਜੀ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਉ, ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਿਓ, ਜੇਕਰ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ। ਆਓ ਜੀ ਹੁਣ ਆਪਾਂ ਚੱਲਦੇ ਹਾਂ ਅਗਲੀ ਪਲੇਸ ਵੱਲ ਨੂੰ ਜੀ। ਕਿਓਕਿੰਗ ਇੱਕ ਬਹੁਤ ਹੀ ਐਕਸਾਈਟਿੰਗ ਵਾਟਰ ਸਪੋਰਟ ਹੈ ਜਿਸ ਦੀ ਟ੍ਰੇਨਿੰਗ ਚੰਡੀਗੜ੍ਹ ਵਰਗੇ ਵੱਡੇ ਸ਼ਹਿਰ ਵਿੱਚ ਦਿੱਤੀ ਜਾਂਦੀ ਸੀ, ਅਤੇ ਹੁਣ ਇਸਦੀ ਟ੍ਰੇਨਿੰਗ ਸਾਡੇ ਸ਼ਹਿਰ ਦੁਰਾਹਾ ਵਿੱਚ ਦਿੱਤੀ ਜਾ ਰਹੀ ਹੈ ਅਤੇ ਕੁਝ ਹੀ ਦਿਨਾਂ ਵਿੱਚ ਟ੍ਰੇਨਿੰਗ ਸ਼ੁਰੂ ਹੋ ਜਾਵੇਗੀ। ਇਸ ਦੀ ਟ੍ਰੇਨਿੰਗ ਨਾਲ ਪੰਜਾਬ ਅਤੇ ਭਾਰਤ ਦੇ ਅਨੇਕਾਂ ਸਟੇਟਾਂ ਦੇ ਬੱਚਿਆਂ ਨੂੰ ਇਸ ਦਾ ਲਾਭ ਪ੍ਰਾਪਤ ਹੋਵੇਗਾ ਜੀ। ਹੁਣ ਤੁਸੀਂ ਦੇਖ ਸਕਦੇ ਹੋ ਦਸ਼ਮੇਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਜੀ, ਇਹ ਉਹੀ ਸਕੂਲ ਹੈ ਜਿੱਥੇ ਇਸ ਸਮੇਂ ਮੈਂ ਸਟੱਡੀ ਕਰ ਰਿਹਾ ਹਾਂ। ਮੈਂ ਇੱਥੇ ਪ੍ਰੈਪ ਵਿੱਚ ਐਡਮਿਸ਼ਨ ਲਈ ਸੀ ਅਤੇ ਇਸ ਸਮੇਂ ਮੈਂ 10th ਕਲਾਸ ਦੇ ਵਿੱਚ ਹਾਂ। ਇਹ ਸਕੂਲ ਬਹੁਤ ਹੀ ਵੱਡੇ ਖੇਤਰ ਵਿੱਚ ਬਣਿਆ ਹੋਇਆ ਹੈ ਅਤੇ ਮੇਰੀ ਆਸ ਸਦਾ ਇਸੇ ਸਕੂਲ ਲਈ ਇਹੀ ਰਹੇਗੀ ਕਿ ਇਹ ਸਕੂਲ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰਦਾ ਰਹੇ ਜੀ। ਮਿਲ ਕੇ ਵਿਜ਼ਿਟ ਕਰ ਲਿਆ ਹੈ ਦਰਾਹੇ ਸ਼ਹਿਰ ਨੂੰ, ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇਕਰ ਤੁਸੀਂ ਸਾਡੇ ਦਰਾਹੇ ਪਿੰਡ ਦੇ ਵਲੋਗ ਨੂੰ ਨਹੀਂ ਦੇਖਿਆ ਤਾਂ ਉਹਨੂੰ ਜਾ ਕੇ ਜ਼ਰੂਰ ਦੇਖ ਲਿਓ। ਸਾਡੀ ਚੱਲ ਰਹੀ ਅਹਿਮਦਾਬਾਦੀ ਸੀਰੀਜ਼ ਨੂੰ ਦੇਖਣਾ ਨਾ ਭੁੱਲਿਓ ਜੀ। ਅਗਲੀ ਆਉਣ ਵਾਲੀ ਪਲੇਲਿਸਟ ਦੇ ਵਿੱਚ ਆਪਾਂ ਮਿਲਾਂਗੇ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਨਦੇੜ ਮਹਾਰਾਸ਼ਟਰ ਵਿਖੇ ਜੀ, ਤਾਂ ਸਾਡੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾ ਦਿਓ। ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਜੀ। ਮਿਲਾਂਗੇ ਆਪਾਂ ਅਗਲੀ ਪਲੇਸ ਤੇ ਨਵੀਂ ਵੀਡੀਓ ਨਾਲ, ਤਦ ਤੱਕ ਲਈ ਜੀ ਬਾਏ।
before.